ਕਈ ਵਾਰ ਤੁਸੀਂ ਬੈਠ ਕੇ ਨਾ ਸੰਗਤ ਜੀ ਇੱਕ ਕੰਮ ਕਰਿਓ, ਆਪਣੇ ਅੰਦਰ ਝਾਤੀ ਮਾਰ ਕੇ ਦੇਖਣੀ ਆ ਕਿ ਮੈਂ ਅੰਦਰੋਂ ਕਿੱਦਾਂ ਦਾ ਆ। ਇਮਾਨਦਾਰੀ ਨਾਲ ਜਦੋਂ ਤੁਸੀਂ ਆਪਣੇ ਅੰਦਰ ਝਾਤੀ ਮਾਰੋਗੇ, ਕਈ ਵਾਰ ਸਾਨੂੰ ਆਪਣਾ ਅੰਦਰ ਦੇਖ ਕੇ ਆਪਣੇ ਆਪ 'ਤੇ ਵੀ ਘਿਰਨਾ ਹੋ ਜਾਏਗੀ। ਬੰਦਾ ਆਪਣੇ ਅੰਦਰ ਨੂੰ ਦੇਖ ਕੇ ਆਪਣੇ ਆਪ 'ਤੇ ਵੀ ਲਾਂਤਾ ਪਾਵੇਗਾ ਕਿ ਮੈਂ ਅੰਦਰੋਂ ਇੰਨਾ ਗੰਦਾ ਹਾਂ, ਮੇਰੀਆਂ ਅੱਖਾਂ ਗਲਤ ਦੇਖਦੀਆਂ ਆ, ਮੇਰੇ ਗਲਤ ਕੰਨ ਗਲਤ ਸੁਣਦੇ ਆ, ਮੇਰੀ ਜੀਭ ਗਲਤ ਬੋਲਦੀ ਹੈ, ਮੈਂ ਅੰਦਰੋਂ ਇੰਨਾ ਭੈੜਾ, ਮੇਰੇ ਅੰਦਰੋਂ ਇੰਨੇ ਇੰਨੇ ਭੈੜੇ ਖਿਆਲ ਪੈਦਾ ਹੁੰਦੇ ਆ। ਜਿੱਦਣ ਸੰਗਤ ਜੀ ਅਸੀਂ ਆਪਣੇ ਅੰਦਰ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਤੇ ਅੰਦਰ ਪਈ ਸਾਨੂੰ ਆਪਣੀ ਗੰਦਗੀ ਦਿਸ ਪਈ, ਉਸ ਦਿਨ ਇਸ ਗੰਦਗੀ ਨੂੰ ਸਾਫ਼ ਕਰਨ ਵਾਸਤੇ ਬੰਦਾ ਬੰਦਗੀ ਦੇ ਰਾਹ 'ਤੇ ਤੁਰੇਗਾ। ਹਲੇ ਅਸੀਂ ਦੂਜੇ ਦੀ ਗੰਦਗੀ ਦੇਖਦੇ ਹਾਂ, ਹਲੇ ਅਸੀਂ ਦੂਜੇ ਨੂੰ ਸੁਧਾਰਨ ਦੀ ਗੱਲ ਕਰਦੇ ਹਾਂ। ਜਿੱਦਣ ਮੈਨੂੰ ਆਪਣੀ ਅੰਦਰ ਪਈ ਗੰਦਗੀ ਦਿਸ ਪਈ, ਅੱਖਾਂ ਦੀ ਗੰਦਗੀ ਨਜ਼ਰ ਆ ਗਈ, ਕੰਨਾਂ ਦੀ ਗੰਦਗੀ ਨਜ਼ਰ ਆ ਗਈ, ਜ਼ੁਬਾਨ ਦੀ ਗੰਦਗੀ ਨਜ਼ਰ ਆ ਗਈ, ਅੰਦਰ ਪਈ ਹੋਈ ਭੈੜੇ ਖਿਆਲਾਂ ਦੀ ਗੰਦਗੀ ਨਜ਼ਰ ਆ ਗਈ, ਉਸ ਦਿਨ ਬੰਦਾ ਇਸ ਗੰਦਗੀ ਨੂੰ ਸਾਫ਼ ਕਰਨ ਵਾਸਤੇ ਆਪਣੇ ਮੁੱਖ ਤੋਂ ਗੁਰਬਾਣੀ ਪੜ੍ਹੇਗਾ, ਯਾਦ ਰੱਖਿਓ ਨਾਮ ਜਪੇਗਾ ਅਤੇ ਨਾਮ ਜਪ ਕੇ ਆਪਣੇ ਅੰਦਰ ਦੀ ਗੰਦਗੀ ਨੂੰ ਸਾਫ਼ ਕਰੇਗਾ। ਬਾਹਰ ਦੁਨੀਆਂ ਨੂੰ ਦੇਖਣਾ ਬੰਦ ਕਰੀਏ, ਆਪਣੇ ਆਪ ਨੂੰ ਅੰਦਰੋਂ ਦੇਖਣਾ ਸ਼ੁਰੂ ਕਰੀਏ, ਜੇ ਪਰਮਾਤਮਾ ਦੇ ਘਰ ਦੀ ਖੁਸ਼ੀ ਲੈਣੀ ਹੈ।